ਅਕਾਲੀ ਦਲ ਦੇ ਵੱਲੋਂ ਪਿਛਲੇ ਦਿਨਾਂ ਤੋਂ ਪੋਲ ਖੋਲ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਤਹਿਤ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਾਗਾਪੁਰਾਣਾ ਵਿਖੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਲਾ ਦੀ ਅਗਵਾਈ ਦੇ ਵਿਚ ਇਕ ਵਿਸ਼ਾਲ ਰੈਲੀ ਕੀਤੀ ਗਈ ਹੈ। ਇਹ ਪੋਲ ਖੋਲ ਰੈਲੀ ਦੇ ਵਿਚ ਪੰਜਾਬ ਦੇ ਵੱਡੇ ਵੱਡੇ ਸਿਆਸੀ ਆਗੂ ਜਿਵੇਂ ਕਿ ਵਿਕਰਮਜੀਤ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ ਅਤੇ ਜਥੇਦਾਰ ਤੋਤਾ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ ਹੈ। ਇਸ ਰੈਲੀ ਦਾ ਮੁੱਖ ਏਜੰਡਾ ਪੰਜਾਬ ਸਰਕਾਰ ਦੀ ਪੋਲ ਖੋਲਣ ਦਾ ਸੀ, ਜਿਸ ਦੇ ਵਿਚ ਕਾਂਗਰਸ ਸਰਕਾਰ ਦੇ ਵੱਲੋਂ ਕੀਤੇ ਗਏ ਵੱਖ ਵਾਅਦਿਆਂ ਦੀ ਪੋਲ ਖੋਲੀ ਗਈ ਹੈ। ਇਸ ਰੈਲੀ ਦੇ ਵਿਚ ਵੱਡੀ ਗਿਣਤੀ ਵਿਚ ਹਲਕਾ ਬਾਗਾਪੁਰਾਣਾ ਦੇ ਅਕਾਲੀ ਸਮਰਥਕ ਪਹੁੰਚੇ। ਸੁਖਬੀਰ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਅਤੇ ਜਦੋਂ ਹੀ ਅਕਾਲੀ ਸਰਕਾਰ ਮੁੜ ਤੋਂ ਦੁਬਾਰਾ ਸੱਤਾ ਦੇ ਵਿਚ ਬਣੇਗੀ ਤਾਂ ਸਾਰੇ ਸੁਵਿਧਾ ਸੈਂਟਰ ਉਨ੍ਹਾਂ ਵੱਲੋਂ ਦੁਬਾਰਾ ਚਲਾਏ ਜਾਣਗੇ। ਦੂਜੇ ਪਾਸੇ ਉਨ੍ਹਾਂ ਬਠਿੰਡਾ ਰਿਫਾਇਨਰੀ ਦੇ ਵਿਚ ਉਗਰਾਏ ਜਾਂਦੇ ਗੁੰਡਾ ਟੈਕਸ ਦੇ ਬਾਰੇ ਵਿਚ ਵੀ ਦੱਸਿਆ ਕਿ ਉਹ 50% ਜੈਜੋ ਟੈਕਸ ਦੇ ਨਾਮ ਦੇ ਉੱਤੇ ਵਸੂਲਿਆ ਜਾ ਰਿਹਾ। ਉਹਨੇ ਸਕੀਮ ਕੱਢੀ ਹੈ, ਉਹਨੇ ਆਕਸ਼ਨ ਕਰਨੇ ਪੈਸੇ, ਉਹਨਾਂ ਨੇ ਸੇਵਾ ਕੇਂਦਰ ਘਰੇ ਖੋਲ ਲਏ ਆਪਣੇ। ਉਹ ਕਹਿੰਦੇ ਪਿੰਡਾਂ ਸੇਵਾ ਕੇਂਦਰ ਬੰਦ ਕਰ ਦਿਓ, ਹਰ ਮਿਨਿਸਟਰ ਨੇ ਆਪਣੇ ਘਰੇ ਖੋਲ ਦਿੱਤੇ ਸੇਵਾ ਕੇਂਦਰ, ਰੇਟ ਲਿਸਟ ਬਾਹਰ ਲਾ ਦਿੱਤੀ ਹੈ, ਬਦਲੀ ਦੇ ਇੰਨੇ ਰੁਪਏ, ਇਹਦੇ ਕੰਮ ਅੱਜ ਸਸਪੈਂਡ ਹੋ ਕੇ ਬਹਾਲ ਹੁੰਦੇ ਇੰਨੇ, ਆ ਸਾਰੀ ਸਰਕਾਰ ਨੇ ਆਪਣੇ ਖੋਲੇ ਸੈਂਟਰ। ਬੀਜੇਪੀ ਦੇ ਲੋਕ ਉਹ ਤਾਂ ਹਰ ਵਾਰ ਆਉਂਦੇ ਆ, ਅੱਜ ਪਤਾ ਨੀ ਕੀ ਕਾਰਨ ਹੋਣਾ ਜਾਂ ਫੰਕਸ਼ਨ ਹੋਣਾ ਜਾਂ ਕਿਤੇ, ਅਦਰਵਾਈਜ਼ ਜਿੱਥੇ ਫੰਕਸ਼ਨ ਹਰ ਵਾਰ ਬੀਜੇਪੀ ਨਾਲ। ਉਹ ਨਾ ਉਹਦਾ ਨਾ GST ਹੈ, ਜੋ ਸਰਵਿਸ ਟੈਕਸ, ਉਹ ਨਾ GST ਹੈ, ਉਹ GST ਦਾ ਸੈਂਟਰ ਦੇ ਨਾਲ 18% ਦਾ 50% ਟੈਕਸ ਹੈ। ਅੱਜ ਤੁਸੀਂ ਗੱਲ ਦੇਖੋ, ਕੰਮ ਇੰਨੇ ਕੀਤੇ ਹੈ ਕਿ ਕੈਪਟਨ ਸਾਹਿਬ ਨੂੰ ਵੀ ਕਹਿਣਾ ਪਿਆ ਕਿ ਜੋ ਕੰਮ ਬਾਦਲ ਸਾਹਿਬ ਨੇ ਕੀਤੇ ਇਹ ਤੋਂ ਵਧੀਆ ਕੋਈ ਨਹੀਂ ਕਰ ਸਕਦਾ। ਜੇ ਓਪੋਜੀਸ਼ਨ ਦੇ ਲੀਡਰ, ਜਿਹੜੇ ਤੁਹਾਡੇ ਓਪੋਜੀਸ਼ਨ ਵਾਲੇ ਤੁਹਾਨੂੰ ਤਾਰੀਫ ਕਰਨਾ, ਇਹ ਤੋਂ ਵੱਧ ਕੀ ਹੋਣਾ। ਬੜੀ ਮਿਹਨਤ ਨਾਲ ਦਿੱਤੀ ਗਈ, ਬੜੇ ਅਪਲਾਈ ਤੁਸੀਂ ਉੱਥੇ ਬਣਾਏ ਗਏ, ਸਰਕਾਰ ਦੀ ਨਵੀਂ ਮੌਜੂਦਾ ਸਰਕਾਰ ਆ, ਸੋਨਾ ਸੈਕਟਰ ਬੰਦ ਕਰਾ ਦੀ ਹੈ, ਜੇ ਬੰਦ ਹੋ ਗਏ ਤੁਹਾਡੇ ਵੱਲੋਂ ਕੋਈ ਐਕਸ਼ਨ ਲੈ ਰਹੇ? ਅਸੀਂ ਮੈਂ ਇੰਨਾ ਕਹਿਣਾ ਚਾਹੁੰਦਾ, ਸੁਵਿਧਾ ਕੇਂਦਰ ਨਹੀਂ ਬੰਦ ਹੋਣੇ ਚਾਹੀਦੇ, ਆ ਇੱਕ ਸੇਵਾ ਦੀ ਗੱਲ ਹੈ, ਸਰਕਾਰਾਂ ਦਾ ਕੰਮ ਸੇਵਾ ਕਰਨਾ ਹੈ, ਮੇਵਾ ਇਕੱਠਾ ਕਰਨਾ ਨਹੀਂ, ਤੇ ਸੁਵਿਧਾ ਕੇਂਦਰ ਲੋਕਾਂ ਦੀ ਸੇਵਾ ਵਾਸਤੇ ਹੈ। ਜਿਹਨਾਂ ਨੇ ਬੰਦ ਵੀ ਕਰਦੇ ਨਾ, ਮੈਂ ਹੁਣ ਬੱਚਿਆਂ ਨੂੰ ਕਹਿਣਾ ਕੋਈ ਫਿਕਰ ਨਹੀਂ, ਆ ਸਾਲ 2 ਸਾਲ ਟੱਪ ਜਾਣਾ, ਅਸੀਂ ਵਾਪਸ ਉਹਨਾਂ ਨੂੰ ਰੱਖਾਂਗੇ। ਪੰਜਾਬ ਦੇ ਮੰਤਰੀ ਚੰਨੀ ਜੀ ਨੇ ਟੌਸ ਦੇ ਰਹੀ ਦੋ ਨੌਕਰੀਆਂ ਦੇ ਰਹੇ ਆ, ਇਹਦੇ ਤਾਂ ਕੀ ਕਹਿਣਾ? ਟੌਸ ਦੇ ਪਿੱਛੇ ਵੀ ਹੈ ਨਾ ਜਿਹੜਾ ਟੌਸ, ਇਹਦੇ ਚੰਨੀ ਠੀਕ ਆ, ਦੋਨੋਂ ਪਾਸੇ ਨੋਟ ਰੱਖੇ, ਉਹਨੂੰ ਵੀ ਕਹਿਤਾ ਤੈਨੂੰ ਇੰਨੇ ਲੱਖ ਦੇਣਾ ਪੈਣਾ, ਇਹਨੂੰ ਵੀ ਕਹਿਤਾ, ਉਹਦੇ ਚੋਂ ਟੌਸ ਕਰਦਾ ਨਾ, ਕਿਹਦਾ ਨਿਕਲਿਆ, ਉਹਨਾਂ ਦੋਨਾਂ ਚ ਫਿਰ ਫੈਸਲਾ ਕਰੂਗਾ। ਕਿੰਨੇ ਲੱਖਾਂ ਦਾ ਸੌਦਾ ਹੋਇਆ ਜੀ? ਬਾਗਾਪੁਰਾਣਾ ਤੋਂ ਬਿਊਰੋ ਰਿਪੋਰਟ, ਜਗਤ ਸੇਵਕ, ਵੈਬ TV।